ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਲਾਹੌਰਾ ਸਿੰਘ ਦੀ ਸੋ। ਇਸ ਵਿੱਚ ਗੁਰਸਿੱਖ ਨੇ ਕਿਸੇ ਕੋਲੋਂ ਕਰਜ਼ਾ ਲਿਆ ਸੀ। ਉਹ ਕਰਜ਼ਾ ਲੈ ਕੇ ਭੁੱਲ ਗਿਆ ਉਸਨੇ ਚੁਕਾਇਆ ਨਹੀਂ। ਕਾਫੀ ਸਮੇਂ ਬਾਅਦ ਜਦੋਂ ਕਰਜ਼ਾ ਲੈਣ ਵਾਲਾ ਉਹਦੇ ਕੋਲ ਪਹੁੰਚਿਆ ਤਾਂ ਇਸਨੇ ਗੁਰਬਾਣੀ ਦੀਆਂ ਕੁਝ ਪੰਕਤੀਆਂ ਆਪਣੀ ਰੰਗਤ ਛਾੜ ਕੇ ਇਸ ਤਰ੍ਹਾਂ ਸੁਣਾਈਆਂ ਜਿਵੇਂ ਤੁਹਾਡੇ ਕੋਲੋਂ ਕਰਜ਼ਾ ਲੈਣਾ ਮੇਰਾ ਹਾਕ ਬਣਦਾ ਸੀ ਪਰ ਅਸਲ ਵਿੱਚ ਉਸ ਦਾ ਮਨ ਬਦਲ ਗਿਆ ਸੀ ਕਿ ਮੈਂ ਕਰਜ਼ਾ ਨਹੀਂ ਚੁਕਾਣਾ ਗੁਰੂ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਸੱਚੇ ਪਾਤਸ਼ਾਹ ਨੇ ਉਸ ਨੂੰ ਕਿਸ ਤਰ੍ਹਾਂ ਉਪਦੇਸ਼ ਦਿੱਤਾ ਤੇ ਅੰਤ ਵਿੱਚ ਸਤਿਗੁਰਾਂ ਨੇ ਇਹ ਦਰਸਾਇਆ ਕਿ ਭਾਈ ਪਹਿਲਾਂ ਤਾਂ ਕਿਸੇ ਕੋਲੋਂ ਕਰਜ਼ਾ ਨਹੀਂ ਲੈਣਾ ਚਾਹੀਦਾ ਪਰ ਜੇ ਲੈ ਵੀ ਲਿਆ ਤਾਂ ਫਿਰ ਇੱਕ ਇੱਕ ਪੈਸਾ ਹੱਥ ਜੋੜ ਕੇ ਨਮਰਤਾ ਨਾਲ ਉਹਨੂੰ ਵਾਪਸ ਦੇ ਦੇਣਾ ਚਾਹੀਦਾ ਹੈ ਉਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇੱਕ ਪਾਸੇ ਬੀਰ ਰਸੀ جنگ ਹੋ ਰਹੀ ਸੀ ਦੂਜੇ ਪਾਸੇ ਧਰਮ ਪ੍ਰਚਾਰ ਹੋ ਰਿਹਾ ਸੀ ਦੋਹਾਂ ਰੰਗਾਂ ਦੀ ਨਹੀਂ ਇਖਲਾਕ ਜਾਂ ਸਦਾਚਾਰ ਤੇ ਰੱਖੀ ਹੋਈ ਸੀ ਝੂਠ ਕੁਸਤ ਫਰੇਬ ਕੁਸੰਗ ਜ਼ਬਰ ਹਰ ਹਾਚਰਣ ਹਿੰਤਾ ਵਾਲੀ ਗਲਤੋਂ ਉੱਚਿਆਂ ਰੱਖਦੇ ਸੁੱਚੇ ਸਦਾਚਾਰ ਵਿੱਚ ਖਾਲਸੇ ਦੀਆਂ ਨੀਹਾਂ ਗੱਡੀਆਂ ਜਾ ਰਹੀਆਂ ਸਨ ਜਿਨ੍ਹਾਂ ਦੀ ਵੰਦਗੀ ਜਿਨ੍ਹਾਂ ਦੀ ਵੰਦਗੀ ਐਉਂ ਦਿਸਪੈਂਦੀ ਹੈ ਭਾਦੋ ਦੀ ਰੁੱਤ ਸੀ ਰਾਤ ਨੂੰ ਠੰਡੀ ਹਵਾ ਚੱਲ ਪਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਛੱਤ ਪਰ ਬਿਰਾਜ ਰਹੇ ਸੀ ਤਾਂ ਨਾਲ ਲੱਗਦੇ ਘਰ ਦੀ ਛੱਤ ਤੋਂ ਕੁਝ ਝਗੜੇ ਦੀ ਆਵਾਜ਼ ਆਈ ਇਥੇਕ ਸਿੰਘ ਦਾ ਘਰ ਸੀ ਜਿਸ ਦਾ ਨਾਮ ਲਾਹੌਰਾ ਸਿੰਘ ਸੀ। ਇਹ ਗੁਰੂ ਜੀ ਦੇ ਸਾਬਜ਼ਾਦਿਆਂ ਦਾ ਖਿਡਾਵਾ ਸੀ। ਇਸ ਦੇ ਨੇੜੇ ਹੀ ਘਰ ਸੀ ਮਾਲਾ ਸਿੰਘ ਦਾ। ਮਾਲਾ ਸਿੰਘ ਵਪਾਰੀ ਸੀ ਤੇ ਸ਼ੌਕਾਰਾਂ ਕੰਮ ਵੀ ਕਰਦਾ ਸੀ। ਲੋੜ ਪਈ ਤੇ ਲਾਹੌਰਾ ਸਿੰਘ ਨੇ ਮਾਲਾ ਸਿੰਘ ਤੋਂ ਕਰਜ਼ਾ ਲਿਆ ਪਰ ਫਿਰ ਦੇਣ ਦਾ ਨਾਉ ਨਾ ਲੀਤਾ। ਮਾਲਾ ਸਿੰਘ ਸਹਿਨਸ਼ੀਲ ਤੇ ਨੇਕ ਸੁਭਾਅ ਦਾ ਬੰਦਾ ਸੀ। ਉਸਨੇ ਸਖਤੀ ਨਾ ਕੀਤੀ ਸਮਾਪਾ ਕੇ ਮਾਲਾ ਸਿੰਘ ਨੂੰ ਵਿਹਾਰ ਵਿੱਚ ਟੋਟਾ ਆ ਗਿਆ ਹੌਲੇ-ਹੌਲੇ ਖਾਣ ਪੀਣ ਦੀ ਵੀ ਤੰਗੀ ਹੋ ਗਈ ਤਾਂਦ ਉਸਨੇ ਲਾਹੌਰਾ ਸਿੰਘ ਤੋਂ ਆਪਣੇ ਰੁਪਏ ਮੰਗੇ ਪਰ ਉਹ ਮਾਹੌਲ ਨਾਲ ਟਾਲ ਛੜਿਆ ਕਰੇ ਅੱਜ ਰਾਤ ਮਾਲਾ ਸਿੰਘ ਉਸਦੇ ਘਰ ਗਿਆ ਤੇ ਮੰਗ ਕਰਨ ਲੱਗਾ ਪਰ ਲਾਹੌਰਾ ਸਿੰਘ ਨੇ ਨਾ ਦੇਣ ਤੇ ਚੜਾਵਣ ਲਈ ਆਖਿਆ ਸਿੱਖ ਸਿੱਖ ਦਾ ਖਾਏ ਕਰ चिंता करिए दूर फिर ठहर के बोलिया खाना पीना हसना गुरु दिया पुगता है। जद माला सिंह ने अपनी गरीब दशा दसी त लाहौरा सिंह बोलिया जैसा जिसका लेख है तैसी बिद बन आए माला सिंह ने कहा भाई दरगे होन सजाइया झूठे अमल जिनाह ਜੰਮ ਮਾਰ ਗੈ ਮਾਰੀ ਐ ਰੋਏ ਰੋਏ ਪਛਤਾਏ ਇਹ ਸੁਣ ਕੇ ਲਾਹੋਰਾ ਸਿੰਘ ਬੋਲਿਆ ਲੇਖਾ ਕੋਈ ਨਾ ਪੁੱਛਈ ਜਾਂ ਗੁਰਬਖਸ਼ੰਦਾ ਪਹਿਲੀਆਂ ਤੁਕਾਂ ਸੋ ਸਾਖੀਆਂ ਦੀਆਂ ਹਨ ਪਰ ਇਹ ਤਾਂ ਗੁਰਬਾਣੀ ਦੀ ਹੈ ਤੇ ਸ਼ੁੱਧ ਪਾਠ ਐਉਂ ਹੈ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਗੁਰੂ ਜੀ ਸੁਣ ਰਹੇ ਸੇ ਜਾਂ ਆਪਣੀ ਬਦਖਲਾਕੀ ਤੇ ਪਾਪ ਕਰਮ ਦੀ ਪਰੋੜਤਾ ਲਈ ਲਾਹੌਰਾ ਸਿੰਘ ਨੇ ਗੁਰਬਾਣੀ ਦੀ ਤੁਕ ਪੜੀ ਤਾਂ ਸਦਾਚਾਰ ਦੇ ਸਰਦਾਰ ਗੁਰੂ ਜੀ ਨੇ ਆਪਣੇ ਆਪ ਨਾਲ ਪਰ ਉੱਚੀ ਕਰਕੇ ਤੁਕ ਪੜੀ ਜੋ ਲਾਹੌਰਾ ਸਿੰਘ ਨੂੰ ਸਾਫ਼ ਸੁਣਾਈ ਦਿੱਤੀ ਹੱਕ ਪਰਾਇਆ ਨਾਨਕਾ ਉਸ ਵਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਪਹਿਲੀ ਤੁਕ ਜੋ ਲਾਹੌਰਾ ਸਿੰਘ ਨੇ ਕਹੀ ਸੀ ਸਿਖ ਸਿਖ ਦਾ ਖਾਏ ਕਰ ਚਿੰਤਾ ਕਰਿਏ ਦੂਰ ਉਸ ਦੇ ਰਦ ਕਰਨ ਲਈ ਗੁਰੂ ਜੀ ਨੇ ਦੂਸਰੀ ਤੁਕ ਉੱਚੀ ਰਜ ਸੁਣਾਈ ਖਾਵੇ ਖੁਆਏ ਨਾ ਦਰੋ ਕਰ ਰਈਏ ਬੰਦ ਹਜੂਰ ਫਿਰ ਜੋ ਦੂਸਰੀ ਤੁਕ ਸੁਆਖੀ ਸੀ ਖਾਣਾ ਪੀਣਾ ਹਸਣਾ ਗੁਰੂ ਦੀ ਆਪੁਗਤਾਏ ਇਸ ਪਰ ਗੁਰੂ ਜੀ ਨੇ ਝਿੜਕਵੀਂ ਸੁਰ ਵਿੱਚ ਤੁਕ ਆਖੀ ਜੈਸਾ ਕਰਮ ਕਰਤਾ ਕਰੇ ਤੈਸਾ ਗੁਰੁ ਪੁਗਤਾਏ ਗੁਰੂ ਕੇ ਵਾਕ ਸੁਣ ਕੇ ਲਾਹੌਰਾ ਸਿੰਘ ਕੰਬਿਆ ਤੇ ਨਿਮਰਤਾ ਧਾਰ ਕੇ ਮਾਲਾ ਸਿੰਘ ਨੂੰ ਕਹਿਣ ਲੱਗਾ ਸਿੰਘ ਜੀ क्षमा ਕਰੋ ਮੈਂ ਕੱਲ ਆਪ ਤੋਂ ਲਿਆ ਧਨ ਆਪ ਨੂੰ ਪੁਝਾ ਦੇਵਾਂਗਾ ਮੈਂ ਤੁਸਾਂ ਨਾਲ ਬਿਲਾਸ ਕਰਦਾ ਸੀ ਸਵੇਰ ਹੋਈ ਤਾਂ ਲਾਹੌਰਾ ਸਿੰਘ ਰੁਪਏ ਲੈ ਕੇ ਮਾਲਾ ਸਿੰਘ ਦੇ ਘਰ ਗਿਆ ਤੇ ਹੱਥ ਜੋੜ ਕੇ ਕਰਜ਼ਾ ਉਤਾਰਿਆ ਫਿਰ ਤਿਆਰ ਬਰ ਤਿਆਰ ਹੋ ਕੇ ਗੁਰੂ ਦਰਬਾਰ ਗਿਆ ਸ੍ਰੀ ਗੁਰੂ ਜੀ ਨੂੰ ਮੱਥਾ ਟੇਕ ਕੇ ਇਹ ਕਵਿਤਾ ਪੜਿਓਸ ਗੁਰ ਤੇ ਵਿਛੜਿਆ ਸਿਖ ਲੋਭੀ ਕਾਮ ਕਹੋ ਬਖਸ਼ ਗੁਰਬਖਸ਼ਿਂ ਮੇਲੇ ਛਾੜ ਰੋਉ ਔਗਣ ਹਾਰੇ ਨੀਤ ਚਲੈ ਨਹੀਂ ਸਾਚ ਮਗ ਲੰਪਟ ਭਏ ਕੁਟੰਬ ਨਾ ਮਿਥਿਆ ਲਖਿਓ ਜਗ ਤਾਂ ਗੁਰੂ ਜੀ ਬੋਲੇ ਕਾਮ ਕ੍ਰੋਧ ਮਦ ਲੋਭ ਤੇ ਕਰੋ ਨਹੀਂ ਅਪਰਾਧ ਰਿਦਾ ਸਰਲ ਬਿਨ ਕਪੜ ਤੇ ਪੰਥ ਚਲੇ ਇਹ ਸਾਧ ਫਿਰ ਗੁਰੂ ਜੀ ਨੇ ਸੰਗਤ ਵੱਲ ਤੱਕ ਕੇ ਸਰਬ ਖਾਲਸੇ ਨੂੰ ਉਪਦੇਸ਼ ਦਿੱਤਾ ਜੋ ਕਵੀ ਸੰਤੋਖ ਸਿੰਘ ਜੀ ਇਸ ਪ੍ਰਕਾਰ ਲਿਖਦੇ ਹਨ ਸਿੱਖ ਹੋਏ ਕਿਸ ਕਰਜ ਨਾ ਲੇਵੇ ਜੇ ਕਰ ਲੇ ਭਾਵ ਕਰ ਦੇਵੇ ਹਾਂਜੀ ਸਿੱਖ ਹੋਏ ਕਿਸ ਕਰਜ ਨਾ ਲੇਵੇ ਜੇ ਕਰ ਲੇ ਭਾਵ ਕਰ ਦੇਵੇ ਸੁਨੇ ਨਾ ਝੂਠ ਨਾ ਮੁਖਤੇ ਕਹੇ ਸੰਗ ਝੂਠ ਕੇ ਪ੍ਰੀਤ ਨਾ ਗਹਿ ਸਤਸੰਗੀ ਹੋਏ ਸਾਚ ਕਮਾਵੇ ਸੰਗ ਸਾਚ ਕੇ ਪ੍ਰੀਤ ਵਧਾਵੇ ਸਚ ਉਰ ਤਰੈ ਮਰਜਾਦਾ ਸਾਚੀ ਛਲ ਬਿਨ ਹੋਵੇ ਸਾਚ ਉਬਾਜੀ ਇਸ ਪ੍ਰਕਾਰ ਉਪਦੇਸ਼ ਦ੍ਰਿੜਾ ਕੇ ਗੁਰੂ ਜੀ ਨੇ ਸਰਬ ਖਾਲਸੇ ਨੂੰ ਉੱਚ ਜੀਵਨ ਦਾ ਉਪਦੇਸ਼ ਦਿੱਤਾ ਜਦੋਂ ਸੰਗਤਾਂ ਵਿੱਚ ਪਤਾ ਲੰਗਾ ਕਿ ਮਾਲਾ ਸਿੰਘ ਦਾ ਦੇਣਾ ਲਾਹੌਰਾ ਸਿੰਘ ਨੇ ਮਾਰ ਲਿਆ ਸੀ ਤੇ ਫਿਰ ਗੁਰਬਾਣੀ ਦੀ ਤੁਕ ਆਪਣੇ ਪਾਪ ਕਰਮ ਲਈ ਵਰਤੀ ਸੀ ਤੇ ਜਦੋਂ ਸਤਿਗੁਰੂ ਨੇ ਲਾਹੌਰਾ ਸਿੰਘ ਵਿੱਚ ਸਦਾਚਾਰ ਦੀ ਇਹ ਕਮਜ਼ੋਰੀ ਤੇ ਭੁੱਲ ਕਰਕੇ ਗੁਰੂਵਾਕ ਉਚਾਰਨ ਦੀ ਦੀਦਾ ਦਲੇਰੀ ਦੇਖੀ ਤਾਂ ਉਸ ਵੇਲੇ ਧੁਰਛੱਤੋਂ ਪੁਕਾਰੇ ਤਾਂ ਸਾਰੇ ਸਤਿਗੁਰਾਂ ਦੀ ਗਰੀਬ ਨਿਵਾਜ਼ੀ ਤੇ ਸਦਾਚਾਰ ਦੇ ਪਿਆਰ ਨੂੰ ਦੇਖ ਕੇ ਕਦਗਦ ਹੋ ਗਏ ਆਖਣ ਤਨ ਹਨ ਇਤਨੇ ਭਾਰੇ ਕੰਮਾਂ ਵਿੱਚ ਰੁੱਝੇ ਸਤਗੁਰ ਜੋ ਆਪਣੇ ਸਿੱਖਾਂ ਦੇ ਨਿੱਜਲੇ ਮਾਮਲੇ ਦੀਆਂ اخلاਕੀ ਕਮਜ਼ੋਰੀਆਂ ਦੀ ਦੁਰਸਤੀ ਦਾ ਵੀ ਫਿਕਰ ਰੱਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ